ਡੱਲੇਵਾਲ ਉਹ ਆਪ ਜੀ ਦੇ ਨਾਲ ਆਪਣੇ ਵਿਚਾਰ ਰੱਖਣਗੇ। ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨੇ ਵੀ ਪੰਡਾਲ 'ਚ ਬੈਠੇ ਨੇ ਝੰਡੇ ਆਪਾਂ ਥੱਲੇ ਕਰ ਲਈਏ, ਇਹਨਾਂ ਨੂੰ ਲੰਮੇ ਪਾ ਕੇ, ਅਤੇ ਬਾਕੀ ਜਿੰਨੀਆਂ ਵੀ ਸੰਗਤਾਂ ਪੰਡਾਲ 'ਚ ਬੈਠਣ ਦੀ ਕਿਰਪਾਲਤਾ ਕਰੋ। ਆਹ ਹੁਣ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ, ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਪਰਮ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਜੁਝਾਰੂ ਕਿਸਾਨ ਦੋਸਤੋ ਅਤੇ ਮੇਰੀਆਂ ਸਤਿਕਾਰਯੋਗ ਭੈਣਾਂ, ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਦੋਸਤੋ, ਰੋਜ਼ ਜਿਸ ਤਰ੍ਹਾਂ ਕਾਫਲਿਆਂ ਦੇ ਰੂਪ ਦੇ ਵਿੱਚ ਕਿਸਾਨਾਂ ਦਾ ਆਉਣਾ ਜਾਣਾ ਬਣਿਆ ਹੈ, ਜਿਵੇਂ ਕੱਲ੍ਹ ਇੱਕ ਬਹੁਤ ਵੱਡਾ ਕਾਫਲਾ ਯੂਪੀ ਤੋਂ ਰਾਕੇਸ਼ ਟਕੈਤ ਜੀ ਹੋਰਾਂ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚਿਆ, ਅੱਜ ਆਪਣਾ ਪੰਜਾਬ ਤੋਂ ਕਾਫਲਾ ਆਇਆ ਹੈ। ਇੱਕ ਕਾਫਲਾ ਇਸ ਇਲਾਕੇ ਤੋਂ ਗਾਜ਼ੀਪੁਰ ਬਾਰਡਰ ਦੇ ਉੱਤੇ, ਉਹ ਹਜ਼ਾਰਾਂ ਵਹੀਕਲ ਲੈ ਕੇ ਉਹ ਗਾਜ਼ੀਪੁਰ ਬਾਰਡਰ 'ਤੇ, ਉਹ ਇੱਥੋਂ KMP ਤੋਂ ਉਹਨੇ ਰਵਾਨਾ ਹੋਇਆ ਹੁਣੇ ਹੁਣੇ, ਉਹ ਉੱਧਰ ਨੂੰ ਗਿਆ। ਤੋ ਇਹ ਜਿਹੜਾ ਕਾਫਲਿਆਂ ਦੇ ਆਉਣ ਦਾ ਸਿਲਸਿਲਾ ਹੈ, ਇਹ ਭਾਵੇਂ ਲੱਗਦਾ ਹੈ ਸਰਕਾਰ ਨੂੰ ਕਿ ਲੋਕ ਆਉਂਦੇ ਨੇ ਜਾਂਦੇ ਨੇ, ਆਉਂਦੇ ਨੇ ਜਾਂਦੇ ਨੇ, ਲੇਕਿਨ ਇਹ ਇੱਕ ਸੁਨੇਹਾ ਹੈ, ਇਹ ਦੱਸਦਾ ਹੈ ਕਾਫਲਿਆਂ ਦਾ ਆਉਣਾ ਜਾਣਾ ਕਿ ਲੋਕ ਕਿਸ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਨਾਲ ਮਾਨਸਿਕ ਤੌਰ 'ਤੇ ਜੁੜੇ ਹੋਏ ਨੇ। ਲੋਕ ਇਹਨੂੰ ਭੁੱਲੇ ਨਹੀਂ, ਲੋਕ ਹਰ ਹਾਲ ਦੇ ਵਿੱਚ ਅੰਦੋਲਨ ਨੂੰ ਅੰਤਮ ਅੰਜਾਮ ਤੱਕ ਲੈ ਕੇ ਜਾਣਗੇ, ਚਾਹੇ ਕੁਛ ਵੀ ਹੋਵੇ। ਔਰ ਜਿਵੇਂ ਲੋਕਾਂ ਦਾ ਹੌਸਲਾ ਨਜ਼ਰ ਆ ਰਿਹਾ ਹੈ, ਪਿਛਲੇ ਦਿਨਾਂ ਦੇ ਵਿੱਚ ਪਰਸੋਂ ਇੱਕ ਟਿੱਕਰੀ ਬਾਰਡਰ ਦੇ ਉੱਤੇ ਇਹ ਜਿਹੜਾ ਅੱਜ ਕਾਫਲਾ ਆਇਆ ਹੈ, ਇਸੇ ਹੀ ਕਾਫਲੇ ਦਾ ਉੱਥੇ ਇਹਨਾਂ ਵੀਰਾਂ ਦਾ, ਲੁਧਿਆਣੇ ਵਾਲੇ ਵੀਰਾਂ ਦਾ ਉੱਥੇ ਲੰਗਰ ਲੱਗਿਆ, ਉੱਥੇ ਅੱਗ ਦੀ ਘਟਨਾ ਵਾਪਰੀ ਹੈ, ਅੱਗ ਨਾਲ ਉੱਥੇ ਨੁਕਸਾਨ ਹੋਇਆ, ਦੱਸ ਗਿਆ ਉੱਥੇ, ਮੈਂ ਵੇਖ ਕੇ ਵੀ ਆਇਆ ਸੀ। ਉਸ ਤੋਂ ਬਾਅਦ ਰਾਤ ਆਪਾਂ ਦੇਖਿਆ ਇੱਥੇ ਬਹੁਤ ਵੱਡੀ ਪੱਧਰ ਦੇ ਉੱਤੇ ਨੁਕਸਾਨ ਹੋਇਆ, ਦਿੱਲੀ ਵਾਲੇ ਬਾਬਾ ਜੀਆਂ ਦੇ ਲੰਗਰ ਦੇ ਵਿੱਚ ਅੱਗ ਲੱਗੀ ਆ, ਉਹ ਤਕਰੀਬਨ ਸਾਰਾ ਕੁਝ ਨਸ਼ਟ ਹੋ ਗਿਆ ਉੱਥੇ। ਪਰ ਕੁਦਰਤ ਦੀ ਤੁਹਾਡੇ 'ਤੇ ਇੰਨੀ ਰਹਿਮਤ ਆ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਹੋਣ ਤੋਂ ਆਪਾਂ ਬਚੇ ਹਾਂ, ਮਾਲੀ ਨੁਕਸਾਨ ਵੱਡੀ ਪੱਧਰ ਦੇ ਉੱਤੇ ਸਾਰੇ ਕਾਫਲਿਆਂ 'ਚ ਹੋਇਆ, ਸਾਰੇ ਥਾਵਾਂ 'ਤੇ ਹੋਇਆ। ਸੋ ਮੇਰਾ ਤਾਂ ਸਿਰਫ ਇੰਨਾ ਕਿ ਬੋਲਣ ਦਾ ਮਤਲਬ ਆ, ਜ਼ਿਆਦਾ ਲੰਬੀ ਮੈਂ ਗੱਲ ਨਹੀਂ ਕਰਨੀ। ਇੱਕ ਤਾਂ ਦੋਸਤੋ, ਜਿਵੇਂ ਜਿਵੇਂ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ, ਜਿਵੇਂ ਜਿਵੇਂ ਅੰਦੋਲਨ ਸਰਕਾਰ ਦੇ ਗਲ 'ਤੇ ਚੜ੍ਹਦਾ ਜਾ ਰਿਹਾ ਹੈ, ਉਵੇਂ ਉਵੇਂ ਮੈਂ ਬਹੁਤ ਵਾਰੀ ਸਟੇਜ ਤੋਂ ਬੋਲ ਕੇ ਇਹ ਗੱਲ ਕਹੀ ਹੈ ਕਿ ਅੱਜ ਅੰਦੋਲਨ ਉਸ ਪੜਾਅ 'ਚ ਹੈ ਜਿੱਥੇ ਸੱਤਾਧਾਰੀ ਧਿਰ ਦਾ ਰਾਜਨੀਤਿਕ ਨੁਕਸਾਨ ਹੁੰਦਾ ਹੈ। ਜਿੰਨਾ ਚਿਰ ਕੋਈ ਵੀ ਅੰਦੋਲਨ ਕਿਸੇ ਵੀ ਸਰਕਾਰ ਦਾ ਰਾਜਨੀਤਿਕ ਨੁਕਸਾਨ ਨਹੀਂ ਕਰਦਾ, ਉਨੀ ਦੇਰ ਤੱਕ ਸਰਕਾਰ ਲਈ ਉਹ ਕੋਈ ਬਹੁਤਾ ਸਿਰਦਰਦੀ ਨਹੀਂ ਬਣਦਾ, ਅਤੇ ਉਨੀ ਦੇਰ ਤੱਕ ਸਾਡੀਆਂ ਮੰਗਾਂ ਮੰਨਣ ਦੇ, ਮੰਨ ਜਾਣ ਦੇ ਕੋਈ ਚਾਂਸ ਵੀ ਨਹੀਂ ਬਣਦੇ, ਅਤੇ ਉਨੀ ਦੇਰ ਤੱਕ ਉਹ ਅੰਦੋਲਨ ਖਤਰਨਾਕ ਵੀ ਨਹੀਂ ਹੁੰਦਾ। ਤੋ ਮੇਰੇ ਦੋਸਤੋ, ਅੱਜ BJP ਦੇ ਵਾਸਤੇ ਇਹ ਅੰਦੋਲਨ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਦਿਨੋਂ ਦਿਨ ਜਿਹੜੇ BJP ਕਦੇ ਕਹਿੰਦੇ ਸੀਗੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾ ਦੇਣਾ ਹੈ, ਕਹਿਣ ਤੋਂ ਭਾਵ BJP ਹੀ BJP ਹੋ ਜਾਣੀ ਹੈ ਪੂਰੇ ਦੇਸ਼ ਦੇ ਅੰਦਰ, ਅਤੇ ਅੱਜ BJP ਦਾ ਪੁੱਠਾ ਚੱਕਰ ਸ਼ੁਰੂ ਹੋਇਆ ਹੋਇਆ ਹੈ। ਆਏ ਦਿਨ BJP ਦੇ ਕੋਲੋਂ ਕੋਈ ਨਾ ਕੋਈ ਸਟੇਟ ਖੁਸ ਰਹੀ ਹੈ। ਬਹੁਤ ਵੱਡੀ ਗੱਲ ਹੈ ਕਿ ਜਿਵੇਂ UP ਦੇ ਵਿੱਚੋਂ ਪੰਚਾਇਤੀ ਚੋਣਾਂ ਹੋਈਆਂ ਜਿਹੜੀਆਂ, ਉਹਨਾਂ ਚੋਣਾਂ ਦੇ ਵਿੱਚੋਂ BJP ਦਾ ਹਾਰ ਜਾਣਾ ਇੱਕ ਬਹੁਤ ਅਜੀਬ ਕਿਸਮ ਦਾ ਸੰਕੇਤ ਹੈ, ਕਿਉਂਕਿ ਸੱਤਾਧਾਰੀ ਧਿਰ ਕਦੇ ਵੀ ਛੋਟੀ ਇਲੈਕਸ਼ਨ ਹਾਰਦੀ ਨਹੀਂ, ਛੋਟੀ ਇਲੈਕਸ਼ਨ ਹਮੇਸ਼ਾ ਜਿੱਤਦੀ ਹੁੰਦੀ ਹੈ, ਅਤੇ ਛੋਟੀ ਇਲੈਕਸ਼ਨ ਦਾ ਹਾਰ ਜਾਣਾ ਉਹ ਇੱਕ ਤਰ੍ਹਾਂ ਦਾ ਸੁਨੇਹਾ ਹੈ ਕਿ ਲੋਕ ਅੰਦਰੋਂ BJP ਦੇ ਕਿੰਨੇ ਖਿਲਾਫ਼ ਹੋ ਚੁੱਕੇ ਹੈ, ਔਰ ਉਹੀ ਸੁਨੇਹਾ BJP ਦੇ ਅੰਦਰ ਗੜਬੜ ਦਾ ਮਾਹੌਲ ਪੈਦਾ ਕਰ ਰਿਹਾ ਹੈ। ਔਰ ਉਹਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਵੀ ਆਦਮੀ ਇਹਨਾਂ ਦੀ ਡਿਕਟੇਟਰਸ਼ਿਪ, ਇਹਨਾਂ ਦੀ ਨੀਅਤ, ਇਹਨਾਂ ਦੀ ਨੀਤੀ ਹਜੇ ਵੀ ਉਸੇ ਥਾਂ 'ਤੇ ਖੜੀ ਹੈ। ਭਾਵੇਂ ਤੋਮਰ ਬਹੁਤ ਵਾਰੀ ਇਹ ਗੱਲਾਂ ਕਰਦਾ ਹੈ ਕਿ ਜੀ ਅਸੀਂ ਤਾਂ ਕਿਸਾਨਾਂ ਦੇ ਪੱਖ ਵਾਸਤੇ ਵਿੱਚ ਜਾਂਦਿਆਂ, ਪ੍ਰਧਾਨ ਮੰਤਰੀ ਜੀ ਬੜੇ ਕਿਸਾਨ ਹਿਤੈਸ਼ੀ ਹੈ, ਕਿਸਾਨਾਂ ਲਈ ਕਾਨੂੰਨ ਬਣਾਏ ਸੀ, ਕਿਸਾਨਾਂ ਦੇ ਫਾਇਦੇ ਲਈ ਬਣਾਏ ਸੀ, ਸਾਰਾ ਦੇਸ਼ ਸਾਡੇ ਨਾਲ ਹੈ, ਲੇਕਿਨ ਜਿਸ ਤਰੀਕੇ ਦੇ ਨਾਲ
ਬਾਹਰਲੀਆਂ ਸਟੇਟਾਂ ਦੇ ਵਿੱਚ ਇਹਨਾਂ ਦੀ ਗੋਡੀ ਲੱਗਣੀ ਸ਼ੁਰੂ ਹੋਈ ਹੈ। ਇਹ ਇਹਨਾਂ ਨੂੰ ਜ਼ਰੂਰ ਮਹਿਸੂਸ ਹੋ ਗਿਆ ਕਿ ਆਉਣ ਵਾਲਾ ਦਿਨ ਸਾਡੇ ਲਈ ਬਹੁਤੇ ਚੰਗੇ ਨਹੀਂ, ਬੀਜੇਪੀ ਲਈ ਘਾਟੇ ਦਾ ਸੌਦਾ ਬਣਦੇ ਜਾ ਰਹੇ ਹੈ। ਤਾਂ ਮੇਰੇ ਦੋਸਤੋ, ਦੂਸਰਾ ਪੱਖ ਜਿਹੜਾ ਇਹਦਾ ਇਹ ਹੈ ਕਿ ਬੀਜੇਪੀ ਦੀ ਸਰਕਾਰ, ਜੇ ਆਪਾਂ ਇਹ ਕਹਿ ਦਈਏ ਕਿ ਸਰਕਾਰ ਬੀਜੇਪੀ ਬੀਜੇਪੀ ਦੀ ਨਹੀਂ ਹੈ, ਸਰਕਾਰ ਕੇਵਲ ਦੋ ਬੰਦਿਆਂ ਦੀ, ਜਾਂ ਇਹ ਕਹਿ ਲਈਏ ਕਿ ਸਰਕਾਰ ਕੇਵਲ ਕਾਰਪੋਰੇਟਾਂ ਦੀ ਬਣ ਕੇ ਰਹਿ ਗਈ ਹੈ। ਜੇ ਬੀਜੇਪੀ ਦੀ ਹੁੰਦੀ ਤਾਂ ਜਿਹੜਾ ਬੀਜੇਪੀ ਦੇ ਅੰਦਰ ਰੌਲਾ ਪੈਂਦਾ ਹੈ ਤਾਂ ਉਹਨਾਂ ਦੀ ਗੱਲ ਸੁਣੀ ਜਾਂਦੀ। ਅੱਜ ਜੇ ਉਹਨਾਂ ਦੀ ਗੱਲ ਨਾ ਸੁਣੀ ਜਾਣਾ ਔਰ ਬੀਜੇਪੀ ਦੇ ਵੱਡੇ ਲੀਡਰਾਂ ਵੱਲੋਂ ਅਸਤੀਫੇ ਦੇ ਦੇਣੇ ਔਰ ਪੰਜਾਬ ਦੇ ਵਿੱਚ ਜਿਹੜਾ ਆਦਮੀ ਤੁਹਾਡੇ ਹੱਕ 'ਚ ਬੋਲਿਆ, ਜਿਹੜਾ ਠੋਕ ਕੇ ਤੁਹਾਡੇ ਹੱਕ 'ਚ ਬੋਲਿਆ, ਉਸ ਆਦਮੀ ਦੀ ਕੱਲ੍ਹ ਦੀ ਖਬਰ ਚੱਲ ਰਹੀ ਹੈ ਕਿ ਉਹਨੂੰ ਪਾਰਟੀ ਦੇ ਵਿੱਚੋਂ 6 ਸਾਲ ਲਈ ਇਹਨਾਂ ਨੇ ਕੱਢ ਦਿੱਤਾ ਗਿਆ। ਤਾਂ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਹ ਸਿੱਧ ਕਰਤਾ ਇਹਨਾਂ ਨੇ ਕਿ ਜਿਹੜੇ ਭਾਵੇਂ ਲੱਖ ਵਾਰੀ ਕਹਿਣ ਕਿ ਅਸੀਂ ਲੋਕ ਪੱਖੀ ਹੈ, ਲੋਕ ਪੱਖੀ ਨਹੀਂ, ਲੋਕ ਪੱਖੀ ਗੱਲ ਕਰਨ ਵਾਲਿਆਂ ਨੂੰ ਔਰ ਆਪਦੀ ਪਾਰਟੀ ਦੀ ਗੱਲ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ, ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਕੱਢਿਆ ਗਿਆ। ਤਾਂ ਇਹਦਾ ਮਤਲਬ ਕੀ ਹੈ ਕਿ ਸਰਕਾਰ ਕਾਰਪੋਰੇਟ ਲੋਕਾਂ ਦੇ ਇਸ਼ਾਰੇ 'ਤੇ, ਦੋ ਆਦਮੀਆਂ ਦੇ ਇਸ਼ਾਰੇ 'ਤੇ ਔਰ ਦੋ ਆਦਮੀ ਉਸ ਸਰਕਾਰ ਨੂੰ ਚਲਾ ਰਹੇ ਹੈ, ਹੋਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਸਰਕਾਰ ਦੇ ਅੰਦਰ। ਪਰ ਦੋਸਤੋ, ਜਿਸ ਤਰੀਕੇ ਦੇ ਨਾਲ ਆਪਾਂ ਅੱਗੇ ਵੱਧ ਰਹੇ ਹਾਂ, ਮੈਂ ਬੇਨਤੀ ਕਰਾਂ ਦੋਸਤੋ ਕਿ ਇਹਨਾਂ ਲੋਕਾਂ ਦਾ ਪਿਛੋਕੜ ਕੀ ਹੈ। ਕੱਲ੍ਹ ਇੱਕ ਬੀਬੀ ਫੇਸਬੁੱਕ 'ਤੇ ਮੈਂ ਸੁਣ ਰਿਹਾ ਸੀ, ਉਹਦੀ ਗੱਲ ਬੜੀ ਤਕੜੀ ਗੱਲ ਕਹੀ ਉਹਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਅੰਦੋਲਨ ਕਰ ਰਹੇ ਲੋਕਾਂ ਨੂੰ ਅੰਦੋਲਨ ਜੀਵੀ ਕਹਿਣ ਵਾਲੇ ਲੋਕ ਉਹ ਕੀ ਨੇ, ਅਤੇ ਉਹਨੇ ਇਹ ਗੱਲ ਕਹੀ, ਸਿੱਧ ਕਰਕੇ ਕਿਹਾ ਕਿ ਉਹ ਦੰਗਾ ਜੀਵੀ ਨੇ। ਜਿਹੜੇ ਦੰਗਾ ਜੀਵੀ ਲੋਕ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਆਪਦੇ ਸੰਵਿਧਾਨਕ ਹੱਕਾਂ ਦੇ ਅਨੁਸਾਰ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਜੇਕਰ ਉਹ ਲੋਕ ਅੰਦੋਲਨ ਜੀਵੀ ਕਹਿਣ, ਤਰ੍ਹਾਂ ਤਰ੍ਹਾਂ ਦੀ ਉਹਨਾਂ 'ਤੇ ਕਟਾਕਸ਼ ਕਸਣ, ਤਾਂ ਇਹ ਬੜੀ ਸ਼ਰਮ ਦੀ ਗੱਲ ਹੈ ਔਰ ਉਹਨਾਂ ਨੂੰ ਆਪਣੇ ਆਪ ਪੀੜ੍ਹੀ ਸੋਟੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਕਿ ਉਹ ਕੀ ਨੇ, ਉਹਨਾਂ ਦੀ ਨੀਤੀ ਕੀ ਹੈ ਅਤੇ ਉਹਨਾਂ ਦੀ ਨੀਅਤ ਕੀ ਹੈ। ਮੇਰਾ ਗੱਲ ਕਰਨ ਦਾ ਮਤਲਬ ਦੋਸਤੋ ਕਿ ਉਹਨਾਂ ਦੀ ਜਿਹੜੀ ਸੋਚ ਹੈ ਦੋ ਵਿਅਕਤੀਆਂ ਦੀ, ਉਹ ਬੜੀ ਜੇ ਕਹਿ ਲਈਏ ਕਿ ਨਾਦਰਸ਼ਾ ਸੋਚ ਲੈ ਕੇ ਚੱਲੇ ਹੋਏ ਨੇ। ਤਾਂ ਅਜਿਹੇ ਸ਼ੜਯੰਤਰਕਾਰੀ ਜਿਹੜੀ ਇਹਨਾਂ ਦੀ ਪਿਛਲੀ ਜਮਾਤ ਹੈ, ਉਹ ਤੁਹਾਡੇ ਉੱਤੇ ਤਰ੍ਹਾਂ ਤਰ੍ਹਾਂ ਦੇ ਸ਼ੜਯੰਤਰ ਰਚਦੀ ਹੈ, ਖੇਡਾਂ ਖੇਡਦੀ ਹੈ, ਜਿਹਦੇ ਤੋਂ ਬਚਣਾ ਸਾਡੇ ਲਈ ਅਤਿ ਜ਼ਰੂਰੀ ਹੈ। ਮੈਂ ਬੇਨਤੀ ਕੀਤੀ ਸੀ, ਧਿਆਨ ਉੱਥੇ ਲੈ ਕੇ ਚੱਲਿਓ, ਮੈਂ ਕਿਹਾ ਸੀ ਕਿ ਅੰਦੋਲਨ ਜਦੋਂ ਕਿਸੇ ਪੋਲੀਟੀਕਲ ਪਾਰਟੀ ਦਾ ਪੋਲੀਟੀਕਲੀ ਨੁਕਸਾਨ ਕਰਨਾ ਸ਼ੁਰੂ ਕਰਦੇ, ਉਹ ਉਹਨਾਂ ਲਈ ਤਾਂ ਨੁਕਸਾਨਦੇਹ ਹੁੰਦਾ ਹੀ ਹੁੰਦਾ ਹੈ, ਉਹ ਫਿਰ ਬਚਣ ਦੇ ਲਈ ਆਪਣੇ ਤਰ੍ਹਾਂ ਤਰ੍ਹਾਂ ਦੇ ਸ਼ੜਯੰਤਰ ਰਚਦੇ ਹੈ, ਅਤੇ ਜਿਹੜੇ ਉਹ ਸ਼ੜਯੰਤਰ ਹੁੰਦੇ ਹੈ ਉਹ ਸਾਡੇ ਲਈ ਬੜੇ ਘਾਤਕ ਸਿੱਧ ਹੋ ਜਾਂਦੇ ਆ ਕਦੇ ਕਦੇ। ਸੋ ਮੇਰੇ ਦੋਸਤੋ, ਉਹਨਾਂ ਸ਼ੜਯੰਤਰਾਂ ਤੋਂ ਬਚਣਾ ਹੈ, ਹਰ ਹਾਲ 'ਚ ਬਚਣਾ, ਇਹ ਕੁਛ ਵੀ ਹੋਵੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਅੰਦੋਲਨ ਦਾ ਜਿਹੜਾ ਧੁਰਾ ਹੈ, ਇਸ ਅੰਦੋਲਨ ਦਾ ਜਿਹੜਾ ਬੇਸ ਹੈ, ਇਹ ਪੰਜਾਬ ਹੈ। ਉਹ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਲੋਕ ਉੱਥੇ ਛੱਡੇ ਹੋਏ ਨੇ, ਜਿਹੜੇ ਅਜਿਹੀ ਬਿਆਨਬਾਜ਼ੀ ਕਰਦੇ ਆ ਕਿ ਸਾਡੇ ਜਿਹੜੇ ਵਿਚਾਰਧਾਰਾ, ਸਾਡੀ ਵਿਚਾਰਧਾਰਾ, ਜਿਸ ਤਰ੍ਹਾਂ ਦੀ ਅਸੀਂ ਸਿੱਖ ਧਰਮ ਨੂੰ ਮੰਨਣ ਵਾਲੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲੇ ਲੋਕ ਹਾਂ, ਸਾਨੂੰ ਉਹ ਗੱਲਾਂ ਰੜਕਦੀਆਂ, ਚੁੱਭਦੀਆਂ, ਅਤੇ ਉਹ ਸਾਨੂੰ ਚੁਭਾਉਣ ਵਾਸਤੇ ਹੀ ਅਜਿਹੀਆਂ ਗੱਲਾਂ ਕਰਦੇ ਆ, ਤਾਂ ਕਿ ਇਹ ਇਸ ਅੰਦੋਲਨ ਦੇ ਮੁੱਦੇ ਤੋਂ ਭੜਕ ਕੇ ਕਿਸੇ ਹੋਰ ਦਿਸ਼ਾ ਵੱਲ ਨੂੰ ਤੁਰ ਜਾਣ, ਤਾਂ ਕਿ ਜੇ ਅੰਦੋਲਨ ਟੁੱਟ ਜਾਂਦਾ, ਅੰਦੋਲਨ ਕਮਜ਼ੋਰ ਹੋ ਜਾਂਦਾ, ਉੱਧਰਲੇ ਪਾਸੇ ਦਬਾਉਣੇ ਹੋਰ ਤਰੀਕਾ ਹੈ, ਇੱਧਰਲੇ ਪਾਸੋਂ ਤੁਹਾਡੇ 'ਤੇ ਲਾਠੀ ਚਾਰਜ, ਡਾਂਗ ਚਲਾਉਣੀ, ਗੋਲੀ ਚਲਾਉਣੀ ਬੜੀ ਔਖੀ ਆ, ਕਿਉਂਕਿ ਤੁਹਾਡਾ ਅੰਦੋਲਨ ਹੋਰ ਕਿਸਮ ਦਾ ਹੈ। ਸੋ ਇਸ ਕਰਕੇ ਤੁਹਾਡੇ ਅੰਦੋਲਨ ਨੂੰ ਹੋਰ ਦਿਸ਼ਾ ਦੇਣ ਦੇ ਲਈ, ਤੁਹਾਡੇ ਅੰਦੋਲਨ ਨੂੰ ਭੜਕਾਉਣ ਦੇ ਲਈ ਉੱਥੇ ਕੋਈ ਅਜਿਹੇ ਵਿਅਕਤੀ ਇਹਨਾਂ ਦੇ ਛੱਡੇ ਹੋਏ ਆ ਜਿਹੜੇ ਗਲਤ ਬਿਆਨੀਆਂ ਕਰ ਕਰਕੇ ਸਾਨੂੰ ਭੜਕਾਉਂਦੇ ਆ, ਪਰ ਅਸੀਂ ਸੁਚੇਤ ਰਹਿਣਾ। ਇਹ ਸਾਡੀ ਹੱਥ ਬੰਨ ਕੇ ਬੇਨਤੀ ਹੈ ਪੂਰੀ ਪੰਜਾਬ ਦੀ ਸਿੱਖ ਕੌਮ ਨੂੰ ਕਿ ਕਿਰਪਾ ਕਰਕੇ ਥੋੜ੍ਹਾ ਸਮਾਂ ਹੋਰ ਸਬਰ ਰੱਖੋ, ਇਹਨਾਂ ਲੋਕਾਂ ਦੇ ਨਾਲ ਸਿੱਧੇ ਕਾਨੂੰਨ ਨੂੰ ਹੱਥ 'ਚ ਲੈ ਕੇ ਭਿੜਨ ਦੀ ਬਜਾਏ, ਕੋਈ ਅਜਿਹੀ ਕਾਰਵਾਈ ਕਰਨ ਦੀ ਬਜਾਏ, ਜੋ ਆਪਣਾ ਪ੍ਰੋਸੈਸ ਆ, ਜੋ ਆਪਣਾ ਸਿਸਟਮ ਹੈ, ਇੱਕ ਦਾਇਰੇ ਦੇ ਵਿੱਚ ਰਹਿ ਕੇ ਵਿਰੋਧ ਕਰਨਾ, ਉਹਦੇ ਤੱਕ ਤਾਂ ਧਿਆਨ ਦੇ ਕੇ ਰੱਖੀਏ। ਆਪਾਂ ਜਿਹੜੀ ਅਗਲੀ ਲੜਾਈ ਲੈ ਕੇ ਜਾ ਰਹੇ ਹਾਂ ਮੇਰੇ ਦੋਸਤੋ, 17 ਤਰੀਕ ਨੂੰ ਇਹਨਾਂ ਸਾਰਿਆਂ ਨੂੰ ਚੇਤਾਵਨੀ ਪੱਤਰ ਦੇਣੇ ਹੈ। ਕਿਉਂ ਚੇਤਾਵਨੀ ਪੱਤਰ ਦੇ ਰਹੇ ਹੈ? ਦੇਖੋ, ਜਿਹੜਾ MLA ਬਣਦਾ, MP ਬਣਦਾ, ਸਾਡੇ ਕੋਲ ਆਉਂਦਾ, ਜਿੰਨਾ ਚਿਰ ਤੁਹਾਡੀ ਵੋਟ ਦੀ ਮੋਹਰ ਨਹੀਂ ਲੱਗਦੀ ਉਹਨਾਂ ਚਿਰ ਉਹਦੀ ਕੋਈ ਵੈਲਿਊ ਨਹੀਂ। ਇੱਕ ਸਧਾਰਨ ਮਨੁੱਖ ਹੈ,
तुहाडी वोट की मोहर लगती है तो वह एम एल ए बनता वह एम पी बनता है। उन्नी देर तक वो कोई ताकत नहीं कि वह जाके पार्लीमेंट के मूहर की भी लंघ जाए तो बाद पार्लीमेंट के राखवीं सीट मिलती है। वो तुहाडी शक्ति है, तुहाडी वोट की ताकत है। तो प्यारे दोस्तों जिहड़ी तुहाडी वोट की ताकत है, जिन्हां ने वो ताकत दे के उन्हां लोकां नूं उत्थे बैठण दे काबल बनाया, तो जे वो लोग अपनी गल रखण दा राइट रखते उन्हां दे उत्ते हक है उन्हां लोकां दा कि वह गल कहण कि आ साडी गल साडा पंजाब साडा हिंदुस्तान तुहाडी सरकार है, क्यों कारपोरेटां दे हत्थां दे विच वेचिया जा रहा पूरा देश, रोक लाई जावे इहदे ते। तो इस करके सारे एम पिया तक ये आपां मैसेज पहुँचाना है कि साडी गल अंदर करो, क्योंकि साडा हक है तुहाडे ते ते तुहाडी ड्यूटी बनती है आपदे लोगों की गल जाके पार्लीमेंट के रखना उत्थे रखो। अगर बीजेपी वाले तो जी रखते जिस ढंग आपां नूं पता है वो रली मिली एक साजिश है, पर मेरे दोस्तों जिहड़े विरोधी धिर है वह भी जेकर कहीए तो घट्ट भी नहीं। वह की करते हैं जो कोई मुद्दा आता किसी मुद्दे पर बहस करके आपकी गल रखण का मौका आता है उदों वे मैदान खाली छड़ के उतों वाकआउट करके बाहर निकल आते हैं तो वह आपकी मनमर्जी करके फैसले लेंदे है। सो इस बारी असी यह कहा कि कोई भी विरोधी धिर का लीडर अंदरों बाहर नहीं आएगा जिन्ना चिर सैशन चलेगा। तुसी बाइकाट करन दी बजाय साडा इस मुद्दे नूं देश दे मुद्दे नूं दुनिया दे मुद्दे नूं सरकार दे विच रखो और उन्नी देर तक उभारो जिन्नी देर तक सरकार के इन्हां कानूनां नूं वापस नहीं लैंदी। और तुसी बाहर अंदर इस गल की आवाज़ उठाओ, असी पार्लीमेंट के बाहर अपनी आवाज़ उठावांगे और उहदे लई एक प्लानिंग तैयार की गई है कि आपां 22 तरीक तो जदों सैशन शुरू होना है उस वेले इत्थों एक काफला बना के हर जथेबंदी 5 वलंटीयर देगी। वो जिहड़े 5 वलंटीयर होणगे वो बड़े समझदारी दे नाल एक डिसिप्लिनड वे दे नाल बड़े वधिया तरीके दे नाल वो 5-5 नाल बनिया होया 200 दा 250 दा काफला वो पार्लीमेंट वल जाएगा। कई वीरां दे मनां च ख्याल हुंदा 200-250 नाल की बनेगा, नहीं दोस्तों भुलेखे च ना रह जाओ, जिन्ना चिर चलना है तुसीं देखो अगर वाहिगुरू की रहमत होई हो सकता यही अंदोलन जेल भरो अंदोलन का रूप धारण कर जाए अगे जाके। जेकर सरकार सानू उत्थे जान दिंदी है तो वह प्रोटेस्ट उत्थे जाके करांगे, की करांगे वह असीं आने वाली मीटिंगां दे विच तय हो जाएगा कि उत्थे जाके किहो जिहा प्रोटेस्ट होना है। लेकिन जेकर सरकार सानू गिरफ्तार करती है तो असीं खिड़े मत्थे गिरफ्तारी देवांगे और ये मथ के गिरफ्तारी देवांगे कि जिन्नी देर तक जिहड़े किसान जेल च चले गए वह किसान उन्नी देर तक जमानत नहीं लैणगे, भावें करे जो नुकसान हुंदा हो जाए जिन्नी देर तक कानून रद्द नहीं होंगे उन्नी देर तक जेल दे विच रहांगे चाहे कुछ भी हो जाए। अकाल तो एक प्लानिंग है, एक व्यौतबंदी है। कई वीर लगता होंगे भी जेल च जाके यार की बनूंगा, नहीं दोस्तों इतने तुम बैठे हो। जे कि आप सारू जेल लै जाए ना सरकार अंदोलन की गेम देखो की बनती है। इतने सानू बार बार अनाउंसमेंटा करनिया पैंदियां, हुण मैं भी ये गल तुहानू भी कहण वाला है कि दोस्तों दो थावां दे उत्ते अग लगी है, वो जिहड़ी दो थावां ते अग लगी उधर भी टिकरी बॉर्डर ते भी लगी और इस सिंघू बॉर्डर ते भी बड़ा नुकसान होया। 3 तंबू उत्थे सड़ गए, इत्थे पूरे का पूरा लंगर सड़ गया, नाल दो तंबू नुकसाने गए। परमात्मा की रहमत हुई किसी आदमी का नुकसान नहीं होया, पर सानू करना की पै रहा है, सानू इत्थे करना पै रहा है कि आपदे तंबूआं ते पहरेदारी करो। मैं एक दिन अगे भी बोल के गया सी तंबुआ ते पहरेदारी करो दोस्तों, पता नहीं कौन की साजिश, जिवें अज बीजेपी का ग्राफ डाउन जा रहा है, बीजेपी नूं तुसीं दिनों दिन नपदे जा रहे हो, वो तुहाडे गोडे हेठों निकलने दे लई अखां चुंगलां मारन वाली गल करदी है। उहदी कोशिश है कि इन्हां दा वो नुकसान करो, जिवें इह जिहड़ा तंबू साड़िया गया है, लंगर जिहड़ा साड़िया गया है, इह स्पष्ट करदा है कि इस सरकार की साजिश का हिस्सा है। क्यों? क्योंकि हमेशा सरकार ये कर दिया आई हैं कि जी सा फूड की जी लाइन है वह कट्टो, इन्ह का राशन ना पहुँचे, इन्होंने को खाने समान ना रहे, वो थानू नुकसान करो। तो जरकार बहरलिया सरकार भी नीतियां पॉलिसिया हमेशा यह होंगे कि अजिहे थावान उत्ते भंडारा के उत्ते हमले करके भंडारा खराब कर देना, भंडारा बर्बाद करना ताकि लोगों खाने लिए कुछ ना मिल सके। तो मेरे दोस्तों ये साजिश का हिस्सा है, ये अगर लगनिया और असी इत्थे की कर रहे हैं कि दोस्तों चकन्ने होवो पहरे ला रहे हैं,
बहुत शरारती लोग तुहाडे विच आउणगे, आ रहे ने, दिनों दिन आ रहे ने, फिरदे ने साडे विच। तुहाडा मैं धन्नवाद करदा कि तुसीं अजिहे हालातां दे विच दी लंघ के सारा साडा यूथ, साडे नौजवान, साडे बजुर्ग, साडियां धीआं, साडियां भैणां इहदे ते पहरा दे के इहनूं बचाउण दी असीं कोशिश कर रहे हां। पर मेरे दोस्तों, मेरी हथ बन के बेनती है, इहदी होर सतर्क हो जाओ, क्योंकि मैं तां कहा सतर्क हो जाओ, जेकर किसी दे लंगर दे विच आ अग ला जाना, लंगर दा नुकसान हो जाना, ये कुछ होर चीज़ है। जे मेरे दोस्तों उस लंगर दे विच कोई जहरीली चीज़ मिला जाए, कोई उन्हां दा गुंडा आके, कोई गलत आदमी आके, तो साडा बहुत बड़ा नुकसान कर सकता है। सो इस करके सानू पहरेदारी करनी चाहिए, आपदी ट्रालियां की पहरेदारी करो, आपदे तंबुओं की पहरेदारी करो। पर मैं ये गल कहनी पई है ना आपां भी, आपां इत्थे बैठे हैं, जे किते सारयां नू सरकार जेल लै जाए फिर पहरेदारियां कीदियां होणगियां? सरकार करे, सानू रोटी देनी है तो सरकार ने देनी है, तुहानू बिजली देनी है तो सरकार ने देनी है, तुहानू पानी देना तो सरकार ने देना है, तुहाडी हर लोड़ पूरी करनी है तो सरकार ने देनी है। वह तुसीं सरकार दी दे गलते गोडा रखोगे। वह अंदोलन देखो की रंग लिया, जो लखां दी गिनती दे विच किसान जेल दे विच बैठे हुए, उस वेले देखियो सरकार की गोडी किड्डी छेती लगती है, तो सरकार नूं हथ बन के तुहानू जेलां चों बाहर कढ़न दे लई कहना पैणा कि किसानों तुहाडे कानून वापस लैने आ बापू, हुण जेल चों बाहर चले जाओ। ये गल्लां आउणगियां आने वाले समय के विच। सो मेरी हथ बन के बेनती है मेरे दोस्तों, अपने आप के उत्ते पूरा डिसिपलिन रख के, पूरे ढंग तरीके वरत के आपां इहदे तों बचना है, उन्हां दीआं साजिशां तों बचना है, उन्हां दीआं चालां तों बचना है, क्योंकि उन्होंने बड़ी तरह के लोग छड्डे ने। मैं एक गल होर करके गल समाप्त करा, कई वीरां दे मन दे विच एक गल आ जाती है कि अंदोलन खड़ा है जी, अंदोलन की कर रहा है, कोई प्राप्ति तो हो नहीं रही। नहीं दोस्तों, तुहानू भुलेखा है, दिस नहीं रही, बहुत बड़ी प्राप्ति होई है। की होई है? अज पूरा देश ऐस, तुसी रोज इत्थे बैठते हो, तरह तरह के बुलारे बोलन आउंदे आ, बाहरलियां स्टेटां तों बुलारे बोलन आउंदे आ, वो की कह के जांदे आ कि मार्गदर्शक आ पंजाब दे लोक आ, कहिंदे आ कि नहीं कहिंदे, बोलियो, कहिंदे आ ना ये गल कि मार्गदर्शक साडा पंजाब दे लोक है। इहदा मतलब मेरे प्यारे दोस्तों, देश की आजादी वेले जिहड़ी तुसी लड़ाई लड़ी, मोहरी हो के इतिहास सिरजिया कि 92% कुरबानियां देने वाले लोग है, उस ड्यूटी अज फिर जो संभालिया तो पंजाब ने संभालिया। ये छोटी जी गल है, कितने इतने मेरे दोस्तों इतिहास लिखा जा रहा है। इस अंदोलन के उत्ते PhD हो रही हैं, तो जेडे PhD करन वाले किताब लिखणगे, वह लिखणगे कि पंजाब ने मोहरी होकर अंदोलन लड़िया है, पंजाब दे विचों ये चंग फुटी, पूरा देश इहदे विच शामिल होया, फिर जाके सरकार नूं ढाया है, कल्ली सरकार नूं नहीं कारपोरेट लोगों नूं ढाया है। मेरे दोस्तों, निक्का अंदोलन नहीं है, बहुत बड़ा अंदोलन है, तुहाडी बड़ी बड़ी जित होनी है। एक तो ऐना सोच लियो कि कल्ले कानून रद्द होने की गल ही होनी है, कारपोरेट लोगों नूं पिछे धक्कण की गल होनी है, और वो लोग पिछे धक्कणे कोई आसान काम नहीं होया करदा, वह कुछ गिनती दे लोग है जिहड़े पूरे वर्ल्ड नूं चला रहे हैं, उन्हां नूं पिछे धक्कणा खेड़ सौखी नहीं है, और तुसीं तक रहे हो अगली प्राप्ति तुहाडी। मेरे दोस्तों, अज आ जिहड़े दस्तारधारी वीर बैठे हो, आ जिहड़े तुसीं बैठे हो, बाहरलियां स्टेटां तों जदों कोई प्रोग्राम लिखिया जांदा है तां सानूं सद्दा आउंदा है, इह कहा जांदा है कि इत्थे बुलारा पंजाब दा भेजो, इत्थे पग वाला बुलारा भेजो, फिर अंदाजा लायो खां कित्थे पहुँच गए दोस्तों, तुसीं कित्थे पहुँच गए। अजू कुछ समा पहला पग बन के जो कोई आदमी सिखी लिबास दे विच कोई आदमी बाहरलियां स्टेटां च घूमदा सी, लोग शक की निगाह नाल वेंदे सी, अज सत्कार की निगाह नाल वेंदे आ। इस अंदोलन ने यह लैके दिता, तुहानू तुहाडी पूरी कौम नू मुड़ दुबारा सत्कार लैता, जिन्हों नफरत की अख नाल वेख्या जांदा सी, तां इतू वड्डा होर की लैणा भाई तुसीं। और जिहड़ा लगातार 84 तो बाद साडियां सारियां सिख संस्थावां, साडे बड़े बड़े प्रचारक, साडे होर जिहड़ियां संप्रदावां जोर ला के बह गईयां, वह तुहानू रुतबा हासिल नहीं होया जिहड़ा इस अंदोलन ने 7 महीनों च भरावो लैता, यह बहुत वड्डा कुछ लैता। सो यह तुहाडी पग दा मुड़ दुबारा उही सन्मान उही सत्कार कायम होया, इसलिए अंदोलन दिनों दिन जित वल नूं वध रिहा है।
पग का सत्कार से जोड़ा होया होया पूरा देश तो सलाम कर लग्या। उस तो अगे टप के पंजाब ते हरियाणा जिन्हों पाड़न ते जोर लग्या सी, जिन्हों 1966 तो लैके जुंडो जुंडी कराउन ते जोर लग्या रहा, अज उन्हां दी जोटी पई है, वह भरा बन के खड़े आ मेरे दोस्तों। इन्हां दा भरा बन के रहना मैं दावे नाल गल करदा, आ जिहड़ी SYL दे मुद्दियां दे रौले पैंदे आ, असीं कितें कट्ठे हो के सिर जोड़ के बैठ के हरियाणा ते पंजाब ये मुद्दे खत्म हो जाएंगे, मुद्दे नहीं उठणगे मुड़ दुबारा, साडी भाईचारा कायम रहेगा। आने वाले समय के सानू बड़ी लोड़ इस गल की है कि असी बहुत बड़ा प्रैशर ग्रुप बिल्ट करना है, ताकि वह जो प्रैशर ग्रुप बने उस प्रैशर ग्रुप के नाल असी सरकार नू गोडी नवाउण दे लई, सरकार दा गोडनियां टकवाउण दे लई सरकार नू मजबूर कर लिए, उस प्रैशर ग्रुप की लोड़ है। उहदे लई साडी पंजाब की एकता, साडी हरियाणे की एकता, साडी यूपी की एकता, राजस्थान की एकता, पूरे भारत की एकता अति जरूरी है। उहदे वास्ते आपां सारयां ने सिर जोड़ के आपां एकता बनाउण दा यतन करना, किसी तरह की कोई गलती ना हो जाए, ये ध्यान रखियो। मैं पहला एक गल की है कि इत्थे PhD हो रही है वीरो, PhD एक मुंडा नहीं कर रहा, सैकड़े मुंडे तुहाडे इहदे ते किताबां लिख रहे हैं। पंजाब वालियो तुहानू बहुत माण मिल गया, तो रती भर भी गलती हो गई आपां तों, तो फिर किताब लिखण वाला ये गल लिखेगा उहदे विच कि अंदोलन शिखरां ते गया, जेकर ठाया पंजाब ने सी तां पंजाब दी ही गलती नाल अंदोलन डिग्गिया है। सो आपां ये गल नहीं लिखण देनी, आपां ये नहीं लिखाउणी, आपां ये लिखाउणी है कि पंजाब नूं भावें जिन्ना भी नुकसान झलना पिया, पंजाब ने बाकी स्टेटां नूं जे ठाया तो मोहरी का रूप अदा रोल अदा किया, जे उन्होंने सानू अपना बड़ा भरा मनिया तो असी दूसरे नू सचमुच छोटे भरा बना के उन्होंने अपने कलावे च लैके अपनी बुकल दे विच लैके उहदे नाल तुरे हैं, उन्होंने किसी तरह की तकलीफ नहीं आन दी। मैं फिर लास्ट के उत्ते एक गल बेनती करा, आ जिहड़े लोग बैठे ने इधर बैठे ने पासे आसे पिंडां च बैठे है मेरे दोस्तों, जिदे मोर्चा जित के तुर गया इतों, जेकर लोग तुहाडे गल अलग अलग ना रोण ते तरगा साडा यार 6 महीने 7 महीने इत्थे बैठण दा, इन्ना प्यार पैदा कर लो, इन्ना मोह पैदा कर लो इन्हां लोकां दे नाल कि लोग तुहाडे गल अलग अलग के रोण कि तुसीं अज इत्थों यार चले हो। अजिहा हालात पैदा करना है, किसी दे नाल नफरत नहीं फैलाउणी, प्यार बनाउणा है, प्यार दे विच्चों मोर्चे की जित है, जित तुहाडी होणी है, हर हाल च जितांगे, जित दे बहुत नेड़े जा चुके हैं दोस्तों। सो जय जवान, जय किसान, वाहिगुरु जी का खालसा, वाहिगुरु जी की फतेह।